ਹਾਜੀ ਦੋਸਤੋ ਸੋਸਾ ਸੀਖਾਲ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦਾ ਹਾਂਜੀ ਦੋਸਤੋ ਅੱਜ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਯੂਨੀਵਰਸਿਟੀ ਵੱਲੋਂ ਐਗਜ਼ਾਮੀਨੇਸ਼ਨ ਨੂੰ ਲੈ ਕੇ ਤੁਹਾਡੇ ਲਈ ਮੈਂ ਉਹ ਇਨਫੋਰਮੇਸ਼ਨ ਲੈ ਕੇ ਆ ਗਿਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਪੰਜਾਬ ਵਿਚ ਜਿਹੜੀ ਵੀ ਖਬਰ ਅਪਡੇਟ ਆਉਂਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਬੰਧਤ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉਹ ਖਬਰ ਦੱਸਦਾ ਹਾਂ ਇਸ ਕਰਕੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਨ ਆਨਲਾਈਨ ਵਰਸਸ ਆਫਲਾਈਨ ਐਗਜ਼ਾਮੀਨੇਸ਼ਨ ਲੈ ਕੇ ਵਿਦਿਆਰਥੀ ਲਈ ਅਹਿਮ ਅਤੇ ਬਹੁਤ ਮਹੱਤਵਪੂਰਨ ਜਾਣਕਾਰੀ ਹਾਂਜੀ ਦੋਸਤੋ ਤੁਹਾਨੂੰ ਪਤਾ ਹੈ ਕਿ ਬੱਚੇ ਲਗਾਤਾਰ ਪ੍ਰੋਟੈਸਟ ਵੀ ਕਰ ਰਹੇ ਸੀ ਲੇਕਿਨ ਯੂਨੀਵਰਸਿਟੀ ਮੰਨਣ ਦਾ ਨਾਮ ਨਹੀਂ ਲੈ ਰਹੀ ਸੀ ਸੋ ਅੱਜ ਯੂਨੀਵਰਸਿਟੀਆਂ ਵੱਲੋਂ ਅਲੱਗ-ਅਲੱਗ ਯੂਨੀਵਰਸਿਟੀਆਂ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਦੇ ਵਿੱਚ ਦੱਸਿਆ ਗਿਆ ਕਿ 15 ਜਨਵਰੀ ਤੱਕ ਐਗਜ਼ਾਮੀਨੇਸ਼ਨ ਆ ਜਿਹੜੇ ਉਹ ਪੋਸਟਪੋਨ ਕੀਤੇ ਆਂਦੇ ਤੇ ਪੇਪਰਾਂ ਨੂੰ ਲੈ ਕੇ ਮੈਂ ਤੁਹਾਨੂੰ ਜਾਣਕਾਰੀ ਦੇਦਾ ਕਿ ਜ਼ਿਆਦਾਤਰ ਜਿਹੜੀ ਯੂਨੀਵਰਸਿਟੀ ਆ ਉਹ ਆਫਲਾਈਨ ਵਾਸਤੇ ਇਸ਼ਾਰਾ ਕਰਦੀ ਨਜ਼ਰ ਆਈ ਹੈ ਲੇਕਿਨ ਬੱਚੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਕੋਰੋਨਾ ਵਾਇਰਸ ਮੈਂ ਤੁਹਾਨੂੰ ਦੋ ਤਿੰਨ ਫੈਕਟਰ ਦੱਸਣੀਆਂ ਵਸ ਵੀਡੀਓ ਨੂੰ ਲਾਸਟ ਤੱਕ ਦੇਖਿਓ ਸੋ ਬੱਚੇ ਕਹਿ ਰਹੇ ਆ ਕਿ ਕੋਰੋਨਾ ਵਸਪੋਰਟ ਹੋ ਰਿਹਾ ਜਿਸ ਦੇ ਮੱਦੇਨਜ਼ਰ ਅਸੀਂ ਆਫਲਾਈਨ ਐਗਜ਼ਾਮੀਨੇਸ਼ਨ ਨਹੀਂ ਦੇ ਸਕਦੇ ਕਿਉਂਕਿ ਸਾਡੀ ਜ਼ਿੰਦਗੀ ਜਿਹੜੀ ਜ਼ਿਆਦਾ ਇੰਪੋਰਟੈਂਟ ਆ ਐਗਜ਼ਾਮੀਨੇਸ਼ਨ ਤੋਂ ਐਗਜ਼ਾਮੀਨੇਸ਼ਨ ਨੂੰ ਲੈ ਕੇ ਸੋ ਦੂਜੇ ਪਾਸੇ ਅ ਆਇਆ ਕਿ 125 ਜਾਣੇ 129 ਦੇ ਵਿੱਚੋਂ 125 ਜਾਣੇ ਜਿਹੜੇ ਹੈਗੇ ਨੇ ਸੌਰੀ 192 ਦੇ ਵਿੱਚੋਂ 125 ਜਾਣੇ ਜਿਹੜੇ ਹੈਗੇ ਨੇ ਉਹ ਕਰੋਨਾ ਪੋਜ਼ਿਟਿਵ ਨਿਕਲੇ ਨੇ ਜਿਹੜੀ ਕਿ ਅੱਜ ਫਲਾਈਟ ਆਈ ਆ ਲਗ ਲਗ ਦੇਸ਼ ਮੇਨ ਮੰਨਿਆ ਜਾ ਰਿਹਾ ਹੈ ਕਿ ਇਟਲੀ ਤੋਂ ਆਈਸੀ ਫਲਾਈਟਸ ਉਪਸਪੋਰਟ ਹੋਇਆ ਜਿਸ ਨੂੰ ਚਲਦੇ ਹੋਰ ਵੀ ਖਤਰਨਾਕ ਸਥਿਤੀ ਬਣ ਚੁੱਕੀ ਹੈ ਪੰਜਾਬ ਵਿੱਚ ਸੋ ਇਸ ਜਿਹੜੀ ਸਥਿਤੀ ਨੂੰ ਲੈ ਕੇ ਜੇਕਰ ਅਸੀਂ ਕਹੀਏ ਕਿ ਐਗਜ਼ਾਮੀਨੇਸ਼ਨ ਆਫਲਾਈਨ ਲੈਣੇ ਬਿਲਕੁਲ ਵੀ ਸਹੀ ਨਹੀਂ ਹੈਗੀ ਬਾਕੀ ਅੱਜ ਇਨਫੋਰਮੇਸ਼ਨ ਹੈ ਸਹੀ ਆਈਸੀ ਕੇ 15 ਜਨਵਰੀ ਤੱਕ ਐਗਜ਼ਾਮੀਨੇਸ਼ਨ ਨਹੀਂ ਲਏ ਜਾਣਗੇ ਉਸ ਤੋਂ ਬਾਅਦ ਹੀ ਕੋਈ ਸਥਿਤੀ ਨੂੰ ਦੇਖਦੇ ਹੋਏ ਨਵਾਂ ਫੈਸਲਾ ਲਿਆ ਜਾਊਗਾ ਇਹ ਨਵਾਂ ਪੱਤਰ ਆਇਆ ਸੀਗਾ ਸੋ ਆਨਲਾਈਨ ਆਫਲਾਈਨ ਐਗਜ਼ਾਮੀਨੇਸ਼ਨ ਨੂੰ ਲੈ ਕੇ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਮਿਲ ਗਈਆਂ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਐਗਜ਼ਾਮੀਨੇਸ਼ਨ ਕਿਸ ਤਰ੍ਹਾਂ ਚਾਹੁੰਦੇ ਹੋ ਆਨਲਾਈਨ ਜਾਂ ਫਿਰ ਆਫਲਾਈਨ ਸੋ ਇੱਕ ਵਾਰ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ #ਆਨਲਾਈਨ ਤੇ ਆਫਲਾਈਨ ਲਿਖਿਓ ਧੰਨਵਾਦ